ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਬੇਨਤੀ ਆ ਕਿ ਇੱਕ ਛੋਟੀ ਜੀ ਬੱਚੀ ਜਿਸ ਦੀ ਮਾਤਾ ਰੋਡਵੇਜ ਦੀ ਬੱਸ ਦੇ ਵਿੱਚ ਚੜ ਗਈ ਆ ਉਹ ਅੰਮ੍ਰਿਤਸਰ ਅੱਡੇ ਤੇ ਬੈਠੀ ਹੋਈ ਆ ਤੇ ਸ਼ਾਇਦ ਉਹਦਾ ਪਿੰਡ ਪੰਡੋਰੀ ਆ ਕੋਈ ਧਰਮਕੋਟ ਦੇ ਲਾਗੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਵੀਡੀਓ ਪਹੁੰਚ ਸਕੇ ਉੱਥੋਂ ਤੱਕ ਤੇ ਉਹ ਬੱਚੀ ਆਪਣੇ ਘਰੇ ਪਹੁੰਚ ਸਕੇ ਤੇ ਬੀਬੀਆਂ ਮਾਈਆਂ ਨੂੰ ਥੋੜੀ ਜਿਹੀ ਬੇਨਤੀ ਆ ਕਿ ਜੇ ਰੋਡਵੇਜ ਦਾ ਲਾਹਾ ਤੁਹਾਨੂੰ ਮਿਲਿਆ ਹੈ ਰੋਡਵੇਜ ਦੇ ਇਕੱਲਾ ਸਿਰਫ ਰੋਡਵੇਜ ਨਾ ਵੇਖੋ ਕਿ ਚੜ੍ਹ ਜਾਣਾ ਦਾਉਦਾ ਵਾ ਤੇ ਟਿਕਟ ਤੋਂ ਫ੍ਰੀ ਆ ਤੇ ਨਜ਼ਾਰੇ ਲਓ ਕੋਈ ਗੱਲ ਨਹੀਂ ਪਰ ਇਹ ਆ ਕਿ ਪਰਿਵਾਰ ਆ ਤੁਹਾਡਾ ਛੋਟੇ ਛੋਟੇ ਬੱਚੇ ਆ ਬੱਚਿਆਂ ਦਾ ਕੀ ਕਸੂਰ ਆ ਨਾਲ ਰੱਖੋ ਇਹਨਾਂ ਨੂੰ 150 ਦੇ ਬਦਲੇ ਆਪਦਾ ਪਰਿਵਾਰ ਹੀ ਨਾ ਭੁੱਲ ਜਾ ਕਰੋ ਉਹ ਛੋਟੀ ਜਿਹੀ ਬੱਚੀ ਡਰੀ ਪਈ ਆ ਸੋ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਬੱਚੀ ਤਾਂ ਜੋ ਆਪਦੇ ਘਰੇ ਪਹੁੰਚ ਸਕੇ ਜਿੰਨਾ ਵੀ ਹੋਵੇ ਵੱਧ ਤੋਂ ਵੱਧ ਸ਼ੇਅਰ ਕਰਿਓ ਜ਼ਰੂਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।